ਖੁਦ ਦਾ ਜਵਾਕ ਕਰਦਾ ਹੈ ਨਸ਼ਾ, ਮਹਿਲਾ ਆਪ ਵੇਚ ਰਹੀ ਚਿੱਟਾ, ਆਪਣੇ ਬੱਚੇ ਸਮੇਤ ਵੇਖੋ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਕਰ ਰਹੀ ਖਰਾਬ। ਤਾਂ ਦੱਸ ਦਈਏ ਕਿ ਇਸ ਮਹਿਲਾ ਨੂੰ ਪੁਲਿਸ ਦੇ ਵੱਲੋਂ ਨਸ਼ੇ ਦੀ ਤਸਕਰੀ ਕਰਦੇ ਹੋਏ ਫੜਿਆ ਗਿਆ ਹੈ। ਤਾਂ ਇਹ ਨੌਜਵਾਨਾਂ ਨੂੰ ਨਸ਼ਾ ਦਿੰਦੀ ਹੈ ਤਾਂ ਇਸ ਦੇ ਨਾਲ ਹੀ 20-21 ਸਾਲਾਂ ਦੇ ਨੌਜਵਾਨਾਂ ਨੂੰ 10,000 ਦੇ ਲਾਲਚ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਵਾਉਂਦੀ ਹੈ। ਤਾਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸਦਾ ਖੁਦ ਦਾ ਜਵਾਕ ਹੈ ਜਿਹੜਾ ਉਹ ਨਸ਼ੇ ਕਰਦਾ ਹੈ, ਫਿਰ ਵੀ ਇਹ ਨਸ਼ੇ ਵੇਚਦੀ ਫਿਰ ਰਹੀ ਹੈ। ਜਦਕਿ ਮਹਿਲਾ ਦੇ ਵੱਲੋਂ ਖੁਦ 'ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ। ਤਾਂ ਉਸਨੇ ਕਿਹਾ ਕਿ ਮੇਰਾ ਬੱਚਾ ਕਈ ਸਾਲਾਂ ਤੋਂ ਨਸ਼ਾ ਕਰ ਰਿਹਾ ਅਤੇ ਇਹ ਨਸ਼ੇ ਦਾ ਧੰਦਾ ਬੰਦ ਹੋਣਾ ਚਾਹੀਦਾ ਹੈ ਅਤੇ ਉਸਦੇ ਜੋ ਕੇਸ ਬਣਾਇਆ ਗਿਆ ਉਹ ਸਭ ਝੂਠਾ ਹੈ। ਤਾਂ ਦੱਸ ਦਈਏ ਕਿ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਸਮੇਤ ਇਸ ਔਰਤ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕੋਲੋਂ 50 ਗ੍ਰਾਮ ਚਿੱਟਾ ਬਰਾਮਦ ਹੋਇਆ। ਤਾਂ ਦੱਸ ਦਈਏ ਕਿ ਮਾਸਟਰ ਮਾਈਂਡ ਹਰਪ੍ਰੀਤ ਕੌਰ ਦੇ ਉੱਤੇ ਚਿੱਟੇ ਦੀ ਤਸਕਰੀ ਦਾ ਪਹਿਲਾਂ ਵੀ ਮਾਮਲਾ ਦਰਜ ਹੈ ਅਤੇ ਹੁਣ ਇਹ ਔਰਤ ਨੌਜਵਾਨਾਂ ਨੂੰ ਜਿਨ੍ਹਾਂ ਦੀ ਉਮਰ 20-21 ਸਾਲ ਹੈ 10,000 ਦੇ ਲਾਲਚ ਦੇ ਵਿੱਚ ਚਿੱਟੇ ਦੀ ਸਪਲਾਈ ਕਰਵਾਉਂਦੀ ਸੀ ਅਤੇ ਨਾਕਾਬੰਦੀ ਦੇ ਦੌਰਾਨ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਮੇਰਾ ਬੇਟਾ ਕੁੱਲਿਆਂ 'ਚ ਟੀਕੇ ਲਾਉਂਦਾ, ਉਹ 2019 ਤੋਂ ਨਸ਼ਾ ਪੀ ਰਿਹਾ ਚਿੱਟਾ ਜੀ, ਕੁੱਲਿਆਂ 'ਚ ਟੀਕੇ ਲਾਉਂਦਾ ਸਰ। ਪਹਿਲਾਂ ਵੀ ਪਰਚਾ ਤੁਹਾਡੇ ਦਰਜ ਆ ਨਾ ਸਰ? ਮੇਰੇ ਹਾਂਜੀ ਮੇਰੇ ਤੇ ਉਹ ਚਿੱਟੇ ਦਾ ਜੀ। ਚਿੱਟੇ ਕਿੰਨੇ ਗ੍ਰਾਮ ਦਾ? ਉਹ 20 ਗ੍ਰਾਮ ਦਾ ਸਰ। ਤੁਸੀਂ ਹੁਣ ਜਿਹੜਾ ਫੜਿਆ ਗਿਆ ਪਹਿਲਾਂ ਵੀ ਫੜਿਆ ਗਿਆ ਹੁਣ ਵੀ ਫੜਿਆ ਗਿਆ, ਤੁਸੀਂ ਤਾਂ ਬਰਬਾਦ ਕਰ ਰਹੇ ਹੋ ਨੌਜਵਾਨ ਪੀੜ੍ਹੀ ਨੂੰ। ਸਰ ਮੇਰਾ ਬੱਚਾ ਖੁਦ ਪੀ ਰਿਹਾ ਜੀ, ਮੈਂ ਕਿਸੇ ਪੀੜ੍ਹੀ ਨੂੰ ਬਰਬਾਦ ਨਹੀਂ ਕਰ ਰਹੀ। ਇਹ ਜਿਹੜਾ ਗੁਰਪ੍ਰੀਤ ਸਿੰਘ ਆ ਫਿਰੋਜ਼ਪੁਰ ਵਾਲਾ, ਇਹ ਸਪਲਾਈ ਕਰ ਰਿਹਾ ਸਰ। ਇਹ ਸਾਰੇ ਇੱਥੇ ਸਾਡੇ ਇੱਕ ਦਿਨ ਪਹਿਲਾਂ ਦੇ ਕੇ ਵੀ ਗਿਆ, ਜਦੋਂ ਝੈਲ ਤੋਂ ਕਿਤੋਂ ਕਿਸੇ ਜਨਾਨੀ ਨੂੰ ਹੋਰ ਦੇਣਗੇ ਸਪਲਾਈ ਕਰਦਾ ਫੜਿਆ ਗਿਆ। ਇਹਨੇ ਸਰ ਮੇਰਾ ਨਜਾਇਜ਼ ਝੂਠਾ ਨਾਂ ਲਿਆ। ਤੁਸੀਂ ਵੀ ਤਾਂ ਨਾਲ ਹੀ ਸੀ ਨਾ ਇਹ ਕੰਮ? ਸਰ ਮੈਂ ਨਾਲ ਨਹੀਂ ਸੀ ਇਹਦੇ। ਤੁਹਾਨੂੰ ਇਹ ਤਾਂ ਪਤਾ ਵੀ ਚਿੱਟਾ ਤਾਂ ਮਾੜਾ ਵੈਸੇ? ਸਰ ਬਹੁਤ ਮਾੜਾ ਜੀ, ਮੈਂ ਖੁਦ ਗੌਰਮੈਂਟ ਨੂੰ ਅਪੀਲ ਕਰਦੀ ਹਾਂ ਇਹ ਬੰਦ ਹੋਣਾ ਚਾਹੀਦਾ, ਮੇਰਾ ਤਾਂ ਬੱਚਾ ਖੁਦ ਮਾਰ ਰਿਹਾ ਜੀ। ਤੁਸੀਂ ਮੇਰਾ ਤਾਂ ਬੇਟਾ ਖੁਦ ਮਾਰ ਰਿਹਾ ਸਰ, ਅਪੀਲ ਤਾਂ ਕਰੋ, ਤੁਸੀਂ ਤਾਂ ਮਰਵਾ ਰਹੇ ਹੋ। ਸਰ ਮਰਵਾ ਨਹੀਂ ਰਿਹਾ, ਮੈਂ ਆਪ ਤਾਂ ਬੱਚਾ ਸੈਂਟਰਾਂ 'ਚ ਇੰਨੀ ਵਾਰੀ ਛੱਡਿਆ, ਅਸੀਂ ਕੋਈ ਅੰਤ ਨਹੀਂ ਛੱਡਿਆ ਇੰਨੇ ਪੈਸੇ ਲਾਉਣ ਦਾ, ਹਨਾ ਨਹੀਂ ਹਟਦਾ ਕੇ ਫਿਰ ਲੱਗ ਜਾਂਦਾ ਜੀ। ਪਿਤਾ ਦਾ ਵੀ ਤਾਂ ਰੋਲ ਹੁੰਦਾ ਗਾ ਵੀ ਉਹਨੂੰ ਸਰ ਦੇਖਭਾਲ ਕਰੇ ਤੁਹਾਡੇ ਹੱਥ। ਸਰ ਅਸੀਂ ਬਹੁਤ ਦੇਖਭਾਲ ਕਰਦੇ, ਹੁਣ ਅਸੀਂ ਕੀ ਕਰੀਏ ਜੀ? ਉਹ ਤਾਂ ਬਹੁਤ ਵਾਰ ਉਹ ਮਰਦਾ ਮਰਦਾ ਬਚਿਆ ਜੀ। ਕਿੰਨੀ ਉਮਰ ਆ? 21 ਸਾਲ। 21 ਸਾਲ ਤੁਹਾਡੇ ਤੋਂ 50 ਗ੍ਰਾਮ ਜਿਹੜਾ ਹੈਗਾ ਨਸ਼ਾ ਫੜਿਆ ਗਿਆ ਗਾ, ਕਿੱਥੋਂ ਲਿਆਂਦਾ ਸੀ? ਉਹ ਐਂਟੀ ਤੋਂ ਲਿਆ ਸੀ। ਅਤੇ ਇਹ ਪਹਿਲਾਂ ਵੀ ਤੁਹਾਨੂੰ ਸਪਲਾਈ ਕਰਦੀ ਹੈ? ਨਾ ਜੀ, ਪਹਿਲੀ ਵਾਰੀ ਲੈ ਕੇ ਆਏ ਸੀ। ਤੁਸੀਂ ਕਿੱਥੇ ਦੇਣਾ ਸੀ ਇਹ? ਚਹਿਲ ਦੇਣਾ ਸੀ। ਕਿਹਨੂੰ? ਉਹਨਾਂ ਨੂੰ ਨਹੀਂ ਪਤਾ ਨਹੀਂ। ਆਪ ਵੀ ਸੇਵਨ ਕਰਦੇ ਹੋ? ਨਾ ਜੀ ਨਾ। ਕਿੱਥੋਂ ਲਿਆਂਦਾ ਸੀ? ਉਹ ਐਂਟੀ ਤੋਂ ਰਾਜਗੜ੍ਹ ਛੰਨਾ ਤੋਂ। ਕਿਹੜੀ ਜਗ੍ਹਾ ਤੋਂ? ਰਾਜਗੜ੍ਹ ਛੰਨਾ ਤੋਂ। ਕਿੰਨੇ ਪੈਸੇ ਦਾ ਲਿਆਂਦਾ ਸੀ? ਉਹ ਪੈਸੇ ਨਹੀਂ ਸੀ ਦਿੱਤੇ ਜੀ, ਨਹੀਂ ਦਿੱਤੇ। ਹਾਂਜੀ। ਤੁਹਾਡੀ ਉਮਰ 21 ਸਾਲ ਆ, ਇਹਦੀ 22-23 ਸਾਲ, ਹੁਣ ਇਹ ਕੰਮ 'ਚ ਕਿਵੇਂ ਪੈ ਗਏ ਤੁਸੀਂ? ਲਾਲਚ ਆ ਗਿਆ। ਹੈਂ? ਲਾਲਚ ਦੇ ਦਿੱਤਾ ਜੀ। ਕਾਹਦਾ ਲਾਲਚ? ਪੈਸਿਆਂ ਦਾ ਜੀ। ਕਿੰਨੇ ਪੈਸੇ ਕਹਿੰਦੇ ਜੀ ਦੇਵਾਂ? 10,000 ਰੁਪਇਆ। 10,000 ਰੁਪਇਆ ਕਿ ਤੁਸੀਂ ਸਮਾਨ ਫੜਾ ਦਿਓ? ਹਾਂਜੀ। ਕਿੰਨੇ ਟਾਈਮ ਤੋਂ ਕਰਦੇ ਸੀ ਕੰਮ? ਪਹਿਲੀ ਵਾਰੀ ਗਏ ਸੀ। ਹਾਂਜੀ। ਹੁਣ ਤੁਸੀਂ ਜੇਲ੍ਹ 'ਚ ਵੀ ਜਾਓਗੇ? ਜੇਲ੍ਹ ਦੇ ਸਰਖ ਪਛਤਾਵਾ ਹੈਗਾ ਤੁਹਾਨੂੰ? ਬਹੁਤ ਜੀ। ਇਹ ਜਿਹੜਾ ਨਸ਼ਾ ਤਸਕਰ ਫੜੇ ਗਏ ਨੇ, ਕੀ ਬਰਾਮਦ ਹੋਇਆ, ਕੀ ਨਾਂ ਆ, ਕਿੰਨੇ ਜਾਣੇ ਨੇ? ਇਹ ਇੱਕ ਗੁਰਪ੍ਰੀਤ ਸਿੰਘ ਹੈ ਜੀ, ਇੱਕ ਲਵਪ੍ਰੀਤ ਸਿੰਘ ਹੈ, ਇੱਕ ਲੇਡੀਜ਼ ਆ ਸਰਬਜੀਤ ਕੌਰ। ਸਾਡੇ ਉੱਥੇ ਬੀੜ ਦੇ ਲਾਗੇ ਨਾਕਾ ਲੱਗਿਆ ਹੋਇਆ ਸੀਗਾ ਵਿਦ STF ਟੀਮ। ਸਾਡਾ ASC ਪਰਮਿੰਦਰ ਸਿੰਘ ਸੀਗਾ, ਉੱਥੇ ਇਹਨਾਂ ਨੂੰ ਰੋਕਿਆ ਸੀਗਾ। ਇਹ ਪੁਲਿਸ ਨੂੰ ਦੇਖ ਕੇ ਜਦੋਂ ਸਮਾਨ ਛੁੱਟ ਕੇ ਭੱਜਣ ਲੱਗੇ, ਉਹਨਾਂ ਤੋਂ 50 ਗ੍ਰਾਮ ਚਿੱਟਾ ਬਰਾਮਦ ਕੀਤਾ ਜੀ। ਇਹ ਕਾਹਦੇ 'ਤੇ ਸੀਗੇ ਜੀ? ਇਹ ਮੋਟਰਸਾਈਕਲ 'ਤੇ ਆਏ ਸੀਗੇ ਜੀ। ਕੀ ਪਿਛੋਕੜ ਕੀ ਹੈ ਇਹਨਾਂ ਦਾ? ਇਹ ਜਿਹੜੀ ਔਰਤ ਹੈਗੀ ਸਰਬਜੀਤ ਕੌਰ, ਇਹਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾ ਦਰਜ ਹੈ, ਬਾਕੀਆਂ ਦੀ ਅਸੀਂ ਪਤਾ ਕਰ ਰਹੇ ਹਾਂ। ਜਿਵੇਂ ਦੋ ਨੌਜਵਾਨ 21-22 ਸਾਲ ਦੇ, ਇਹਨਾਂ ਨੂੰ ਕੀ ਲਾਲਚ ਦਿੱਤਾ ਇਹਨੇ?
ਇਹ ਹੁਣ ਸਾਹਮਣੇ ਤਫਤੀਸ਼ ਚੱਲ ਰਹੀ ਹੈ ਜੀ, ਜੋ ਵੀ ਸਾਹਮਣੇ ਤਫਤੀਸ਼ ਆਊਗਾ ਫਿਰ ਦੱਸ ਸਕਦੇ। ਜਿਹੜੀ ਔਰਤ ਸਰਬਜੀਤ ਕੌਰ ਆ, ਇਸ 'ਤੇ ਕਾਹਦਾ ਪਹਿਲਾਂ ਹੈਗਾ ਤੁਸੀਂ? ਪਹਿਲਾਂ ਇੱਥੇ ਪਹਿਲਾਂ ਵੀ ਚਿੱਟੇ ਦਾ ਪਰਚਾ ਜੀ। ਇਹ ਜਿਹੜੀ ਔਰਤ ਹੈ ਜੀ, ਇਹਦਾ ਪਿੰਡ ਰਾਜਗੜ੍ਹ ਜੀ, ਥਾਣਾ ਮਲੋਹ 'ਚ ਪੈਂਦਾ, ਅਤੇ ਦੂਸਰੇ ਦਾ ਜਿਹੜਾ ਇੱਕ ਲੜਕਾ ਹੈਗਾ ਉਹਦਾ ਸ਼ਮਸ਼ਪੁਰ ਹੈ, ਇੱਕ ਮੱਲਣ ਵਾਲਾ ਪਿੰਡ ਪੈਂਦਾ ਹੈਗਾ ਫਿਰੋਜ਼ਪੁਰ 'ਚ, ਇੱਕ ਉੱਥੋਂ ਦਾ ਜੀ। ਪੇਸ਼ ਕੀਤਾ ਅੱਜ ਰਿਮਾਂਡ ਲਈ ਜੀ, ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਜੀ। ਹੁਣ ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ? ਇਹ 21-68 NDPSD ਦਾ ਪਰਚਾ ਦਿੱਤਾ ਜੀ। ਤੁਸੀਂ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ? ਅਸੀਂ ਇਹੀ ਕਹਿੰਦੇ ਜੀ, ਜੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ, ਜੋ ਵੀ ਭਾਸੋ ਏਰੀਏ ਦੇ ਵਿੱਚ ਕੋਈ ਨਸ਼ਾ ਤਸਕਰ ਹੈ ਜਾਂ ਕੋਈ ਵੇਚਣ ਵਾਲਾ ਗਰੋਹ ਹੈ, ਇਹ ਇਲਾਕਾ ਛੱਡ ਜਾਣ, ਨਹੀਂ ਉਹਨਾਂ ਨਾਲ ਵੀ ਇੱਦਾਂ ਹੀ ਅਸੀਂ ਬਰਾਮਦਗੀਆਂ ਕਰਕੇ ਪਰਚੇ ਦੇਵਾਂਗੇ ਅਤੇ ਉਹਨਾਂ ਦੀ ਜਿਹੜੀ ਜਾਇਦਾਦ ਆ ਉਹ ਜ਼ਬਤ ਕਰਾਂਗੇ। ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਕਿਉਂਕਿ ਮਾਂ ਬਾਪਾਂ ਨੂੰ ਤਾਂ ਪਤਾ ਹੁੰਦਾ ਕਿ ਸਾਡਾ ਬੱਚਾ ਕੀ ਕਰ ਰਿਹਾ ਹੈ। ਇਹ ਵੀ 21-22 ਸਾਲ, ਅਸੀਂ ਪਹਿਲਾਂ ਵੀ ਜੀ ਮਾਨਯੋਗ ਪੰਜਾਬ ਸਰਕਾਰ, ਮਾਨਯੋਗ ਸਾਡੇ ਸੀਨੀਅਰ ਅਫਸਰਾਂ, DGP ਸਾਹਿਬ, DI ਸਾਹਿਬ ਪਟਿਆਲਾ ਰੇਂਜ, SSP ਸਾਹਿਬ ਪਟਿਆਲਾ ਅਤੇ DSP ਸਾਹਿਬ ਨਾਭਾ ਜੀ ਦੀ ਰਹਿਨੁਮਾਈ ਹੇਠ ਅਲੱਗ ਅਲੱਗ ਪਿੰਡਾਂ 'ਚ ਜਾ ਕੇ ਅਸੀਂ ਡਰੱਗਜ ਦੇ ਅਗੇਂਸਟ ਨਸ਼ਾ ਛਡਾਊ ਕੰਪੇਨ ਚੱਲ ਰਹੀ ਹੈ। ਹੁਣ ਤੁਹਾਡੇ ਰਾਹੀਂ ਵੀ ਇਹੀ ਅਸੀਂ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਬੱਚਿਆਂ ਦਾ ਆਪ ਖਿਆਲ ਰੱਖੋ ਅਤੇ ਪੁਲਿਸ ਦਾ ਸਾਥ ਦਿਓ ਜੀ। ਅਗਰ ਕੋਈ ਬੱਚਾ ਇਸ ਬਿਮਾਰੀ ਦੇ ਵਿੱਚ ਫਸ ਗਿਆ ਤਾਂ ਸਾਨੂੰ ਜ਼ਰੂਰ ਦੱਸਣ, ਅਸੀਂ ਉਹਨੂੰ ਨਸ਼ਾ ਛਡਾਊ ਸੈਂਟਰ ਦੇ ਵਿੱਚ ਜੋ ਵੀ ਕਾਨੂੰਨ ਕਾਰਵਾਈ ਉਹਦੇ ਮੁਤਾਬਕ ਦਾਖਲ ਕਰਾ ਸਕੀਏ।